ਸਤਿ ਸ੍ਰੀ ਅਕਾਲ ਭਰਾਵਾਂ ਨੂੰ ਵੀਰ ਜੀ, ਸਿੱਧੂ ਮੂਸੇ ਵਾਲੇ ਨੇ ਵੱਡੇ ਵੱਡੇ ਜਿਹੜੇ ਅੱਜ ਦੇ ਕਹਿੰਦੇ ਸੀ ਅਸੀਂ ਬੜੇ ਗਾਣੇ ਕੱਢਦੇ ਹਾਂ, ਉਹਨਾਂ ਬੱਕਰੀਆਂ ਦੀਆਂ ਮਿੰਗਣਾਂ ਇਕੱਠੀਆਂ ਕਰਨ ਲਾਤਾ। ਸਿੱਧੂ ਮੂਸੇ ਵਾਲੇ ਨੇ ਮਿੰਗਣਾਂ ਇਕੱਠੀਆਂ ਕਰਨ, ਅੱਜ ਬੱਕਰੀਆਂ ਚਰਾਉਣ ਜੋਗੇ ਵੀ ਨਹੀਂ ਛੱਡੇ ਉਹਨੇ। ਅੱਜ ਐਡੇ ਵੱਡੇ ਬੰਦੇ ਅੱਜ ਬੱਕਰੀਆਂ ਵੀ ਨਹੀਂ ਚਰਾ ਸਕਦੇ, ਸ਼ਰਮ ਆਉਣੀ ਇਸ ਗੱਲ ਦੀ। ਸਿੱਧੂ ਮੂਸੇ ਵਾਲੇ ਨੇ ਫੜ ਕੇ ਬੋਕੀ ਪਾੜਤੀ, ਬੋਕੀ ਵੱਡੇ ਵੱਡੇ ਕਲਾਕਾਰਾਂ ਦੀ ਫੜ ਕੇ ਮੰਜੀ ਠੋਕਤੀ, ਤੇ ਜਿਹੜੇ ਨਿੱਕੇ ਵਿਚਾਰੇ ਆ ਉਹ ਤਾਂ ਸਿੱਧੂ ਮੂਸੇ ਵਾਲੇ ਨੂੰ ਸਿੱਧੂ ਦੇ ਪਿੰਡ ਜਾ ਕੇ ਉੱਥੇ ਮੱਥਾ ਟੇਕ ਕੇ ਆਉਂਦੇ ਨੇ। ਯਾਰ ਇਹੋ ਜਿਹਾ ਸਮਾਂ ਆਵੇਗਾ ਅੱਜ ਦੀ ਆਖੀ, ਯਾਦ ਰੱਖਿਆ ਜੇ ਸਿੱਧੂ ਮੂਸੇ ਵਾਲੇ ਨੂੰ ਲੋਕ ਦੇਵੀ ਦੇਵਤਿਆਂ ਤਰ੍ਹਾਂ ਮੰਨਣ ਕਰਨ ਦੇ, ਇੰਨੀ ਮਾਨਤਾ ਸਿੱਧੂ ਦੀ ਹੋਵੇ ਕਰੇਗੀ। ਜਿੰਦਾ ਬੱਚਾ ਜੰਮਿਆ ਉਹਨੇ ਕਹਿਣਾ ਸਿੱਧੂ ਮੂਸੇ ਵਾਲੇ ਦੀ ਮੂਸੇ ਪਿੰਡ ਜਗ੍ਹਾ ਦੇ ਉੱਤੇ ਮੱਥਾ ਟਿਕਾ ਕੇ ਲਿਆਈਏ, ਫਿਰ ਆਪਣਾ ਮੁੰਡਾ ਚੱਲੇਗਾ ਗਾਣ, ਆਉਣ ਵਾਲੇ ਸਮੇਂ 'ਚ ਗਾਣੇ ਕੱਢੇ ਕਰੇਗਾ। ਸਿੱਧੂ ਮੂਸੇ ਵਾਲੇ ਨੇ ਵੱਡਿਆਂ ਵੱਡਿਆਂ ਨੂੰ ਦੰਦਲਾਂ ਪਾਤੀਆਂ, ਵੱਡਿਆਂ ਵੱਡਿਆਂ ਨੂੰ ਦੰਦਲਾਂ ਦੰਦਲਾਂ। ਆਹ ਗਾਣਾ ਜੇ 19 ਘੰਟੇ ਨਹੀਂ ਪਿਆ ਹੋਏ ਨੂੰ, ਕਰੋੜ ਗਾਣਾ ਚੱਲ ਗਿਆ ਯੂਟਿਊਬ ਪੜੇ ਪੜੇ ਕਰਦਾ, ਯੂਟਿਊਬ 'ਤੇ ਪਾਟਨ 'ਤੇ ਹੋਇਆ ਖੜਾ, ਕੁੜਿਆ ਉੱਤੋਂ ਅੰਗੂਠਾ ਹੀ ਨਹੀਂ ਚੁਕੀਂਦਾ। ਲੋਕੀ ਦਾ ਗਾਣਾ ਡੀਕਦੇ, ਰਾਤ ਸੁੱਤੇ ਨਹੀਂ, ਕਿਸੇ ਰੋਟੀ ਨਹੀਂ ਖਾਧੀ। 4 ਦਿਨ ਪਹਿਲਾਂ ਜਿਹੜਾ ਸੀ ਉਹਨੇ ਫੜ ਕੇ ਯੂਟਿਊਬ ਨੂੰ ਤਰੇੜਾਂ ਪਾ ਦਿੱਤੀਆਂ ਨੇ। ਸਿੱਧੂ ਮੂਸੇ ਵਾਲੇ ਦਾ ਚੁੱਪ ਕਰਕੇ ਸਿੱਧੂ ਨਾਲ ਜਿੱਦਣ ਦੀ ਕੋਈ ਲੋੜ ਨਹੀਂ, ਮੇਰੇ ਆਖੇ ਲੱਗੋ ਸਿੱਧੂ ਨੂੰ, ਮੰਨ ਲਓ ਗੁਰੂ, ਸਿੱਠ ਦਿਓ ਹਥਿਆਰ ਥੱਲੇ, ਕਹਿ ਦਿਓ ਸਿੱਧੂ ਤੂੰ ਸਾਡਾ ਗੁਰੂ, ਮੂਸੇ ਪਿੰਡ ਜਾ ਕੇ ਭੰਗੜਾ ਪਾਓ, ਉਹਦੇ ਅੱਗੇ ਨੱਚੋ ਜਾ ਕੇ। ਯਾਰ ਉਹ ਬੱਬਰ ਸ਼ੇਰ ਹੈ, ਕੋਈ ਨਿੱਕੀ ਮੋਟੀ ਚੀਜ਼ ਹੈ ਯਾਰ, ਉਹ ਬਾਹਲੀ ਭੈੜੀ ਗੰਦੀ ਚੀਜ਼ ਹੈ। ਉਹਦਾ ਮਹੀਨੇ 'ਚ ਆਉਂਦਾ 30 ਸੱਟਣੇ ਆ, ਜਿਹੜਾ ਹਾਲ ਬਣਿਆ ਖੜਾ। ਮੈਂ ਕਹਿੰਦਾ ਮਹੀਨੇ 'ਚ ਕੁੜੇ 200 ਗਾਣਾ ਆਉਣਾ ਕਰਨਾ, ਜਿਹੜਾ ਕੰਮ ਚੱਲਿਆ ਇੱਕ ਤੋਂ ਇੱਕ। ਮਗਰ ਜਿੰਨੇ ਲਿਖਾਰੀ ਨੇ ਉਹ ਸਾਰੇ ਭਰ ਭਰ ਕੇ ਗੱਡੀਆਂ ਗਾਣਿਆਂ ਦੇ ਬੂਹਿਆਂ 'ਤੇ ਢੇਰ ਲਾਈ ਜਾਂਦੇ ਨੇ, ਇਹਦੇ 'ਚ ਚੁਣ ਕੇ ਚੁੱਕ ਕਿਹੜਾ ਸੱਟਣਾ। ਬੇਕਾਰ ਮਾੜੇ ਕਿਸੇ ਗਰੀਬ ਲਿਖਾਰੀ ਦਾ ਵੀ ਲਿਖਿਆ ਹੋਵੇ, ਉਹ ਵੀ ਗਾਣਾ ਕੁੜਾ ਕਰੋੜਾਂ 'ਚ ਚੱਲ ਜਾਂਦਾ। ਇੱਥੇ 2-2 ਮਹੀਨੇ ਸੋਚ ਕੇ ਇੱਕ ਗਾਣਾ ਕੱਢਦੇ ਆ, ਤੇ ਉਹ 10 ਲੱਖ ਤੋਂ ਵੱਧ ਗਾਣਾ ਨਹੀਂ ਚੱਲਦਾ, 10 ਲੱਖ ਤੋਂ ਵੱਧ। ਸਿੱਧੂ ਮੂਸੇ ਵਾਲਾ ਫੜ ਕੇ ਪਟਾਕੇ ਪਾਈ ਆਉਂਦਾ। ਜਿਹੜੇ ਬੰਦੇ ਮਾੜਾ ਬੋਲਣ ਦੇ ਮੈਨੂੰ ਕਮੈਂਟਾਂ 'ਚ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ, ਭੈਣ ਚੋ ਤਾਂ ਘਰੋਂ ਤਾਂ ਤੁਸੀਂ, ਤੁਹਾਡਾ ਜੀ ਕਰਦਾ ਕਿ ਅਸੀਂ ਸਿੱਧੂ ਨੂੰ ਮਿਲੀਏ, ਘਰੇ ਤਾਂ ਰਹਿ ਕਰਦੇ ਜਦ ਜੀਆਂ ਨਾਲ, ਨਾਲੇ ਉਹਨੂੰ ਗਾਲਾਂ ਕੱਢ ਦਿੰਦੇ, ਨਾਲੇ ਜੀ ਕਰਦੇ ਬੀਬੀ ਸਿੱਧੂ ਨੂੰ ਮਿਲ ਕੇ ਆਵਾਂਗੇ। ਹੈਂ, ਸਾਰੇ ਸਿੱਧੂ ਨੂੰ ਪਿਆਰ ਕਰਦੇ, ਸਭ ਝੂਠ ਮਾਰਦੇ ਗਾਣੇ। ਜਿਹੜਾ ਬੰਦਾ ਮੂਸੇ ਵਾਲੇ ਨੂੰ ਕਹਿੰਦਾ ਮੈਂ ਗਾਲਾਂ ਕੱਢਦਾ, ਉਹ ਵੀ ਆਉਂਦੇ ਗਾਣੇ ਰਾਤ ਨੂੰ ਸੁਣਦਾ, ਤੇ ਰਾਤ ਨੂੰ ਪਿੱਗ ਫਿਰ ਲਾਉਂਦਾ ਗਾਣੇ ਸੁਣ ਕੇ। ਇਹ ਲੋਕ ਇਹੋ ਜਿਹੇ ਨੇ। ਬਾਈ ਸਿੱਧੂ ਗਾਣੇ ਕੱਢੀ ਆ, ਦੱਬੀ ਆ ਕਿੱਲੀ, ਨਜ਼ਾਰੇ ਪੂਰੇ, ਸਭ ਲੰਡੀ ਬੁੱਚੀ ਬਹਿ ਜਾਏਗੀ ਬੱਕਰੀਆਂ ਚਾਰਨ, ਤੂੰ ਲਾ ਤੇ ਸਭ ਲੰਡੀ ਬੁੱਚੀ ਨੂੰ ਬੱਕਰੀਆਂ ਚਾਰਨ। ਹੁਣ ਕੋਈ ਬੱਕਰੀਆਂ ਚਾਰੀ ਜਾਂਦਾ ਜੀ ਤੇ ਖੋਤੇ ਚਾਰੀ ਜਾਂਦਾ ਜੀ, ਗਾਣੇ ਤੇਰੇ ਹੀ ਚੱਲਣੇ ਆ। ਜਿਹੜੇ ਕੋਈ ਥੋੜ੍ਹੇ ਬਾਲੇ ਸਿੰਗਰ ਏ ਉਹ ਤੇਰੇ ਕੋਲ, ਜਿਹੜੇ ਮੰਨ ਲਓ ਵਧੀਆ ਆਪਦੇ ਨੇ ਪਹਿਲਾਂ ਕਹਿੰਦੀ, ਉਹ ਤੇਰੇ ਕੋਲ ਮੱਥਾ ਟੇਕਣ ਜਾਂਦੇ ਆ, ਤੈਨੂੰ ਨਿੱਤ ਫੋਨ ਲਾਉਂਦੇ ਆ, ਤੇ ਜਿਹੜੇ ਆਪਦੇ ਨੇ ਕੋਈ 1-2 ਤਿੜੇ ਹੋਏ ਨੇ ਤੇ ਉਹ ਤੂੰ ਫੜ ਕੇ ਬੱਕਰੀਆਂ ਚਾਰਨ ਲਾ ਤੇ, ਉਹਨਾਂ ਨੂੰ ਤਾਂ ਰਾਤ ਦੀ ਨੀਂਦਰ ਨਹੀਂ ਆਈ ਹੋਣੀ। ਕੁੜੀ ਅੱਧਾ ਮੈਡੀਕਲ ਉਹਨਾਂ ਨੇ ਕੁੜੇ ਐਲਪ੍ਰੈਸ ਦਾ ਲਿਆ ਕੇ ਖਾ ਗਏ ਹੋਣੇ ਨੇ, ਕਿਤੇ ਨੀਂਦਰ ਆਉਂਦੀ ਹੈ? 10 ਐਲਪ੍ਰੈਸ ਕਾਹਦੀਆਂ ਨੀਂਦਰ ਆਉਂਦੀ, ਜਦੋਂ ਵਿਰੋਧੀ ਉੱਧਰ ਬੰਦਾ ਇੱਕ ਬੰਦਾ ਕਵੇ ਮੈਂ ਪੰਜਾਬ ਦਾ ਇੱਕ ਸੁਪਰ ਹਿੱਟ ਕਲਾਕਾਰ ਹਾਂ, ਕਹਿਣ ਆਪਦੇ ਨੂੰ ਕਹਿਣ ਸੁਪਰ ਹਿੱਟ ਕਲਾਕਾਰ ਹਾਂ, ਫੜ ਕੇ ਉਹਨਾਂ ਨੂੰ ਤੂੰ ਬੱਕਰੀਆਂ ਚਾਰਨ ਲਾ ਦੇਵੇਂ, ਐਡੀ ਮਿਹਨਤ ਕੀਤੀ ਉਹਨਾਂ ਦੀ ਆਪਦੇ ਸਮਾਨ 'ਤੇ, ਤਾਂ ਤੂੰ ਉਹਨਾਂ ਨੂੰ ਵੀ ਟਾਰਗੇਟ ਕਰਤਾ ਵਿੱਚੇ ਵਾਲਾਂ ਨੂੰ। ਤੂੰ ਕਿਤੇ ਬਚਕਣਾ ਕਿਸੇ ਨੂੰ? ਤੂੰ ਨਹੀਂ ਬਚਕਦਾ, ਤੂੰ ਨਹੀਂ ਬਚਕਦਾ ਕਿਸੇ ਨੂੰ, ਤੂੰ ਤਾਂ ਛੱਡਦਾ ਹੀ ਨਹੀਂ, ਤੂੰ ਤਾਂ ਮਾਰੀ ਤੁਰਿਆ ਆਉਣਾ ਫੜ ਕੇ, ਨਜ਼ਾਰਾ ਆ ਗਿਆ। ਹੁਣ ਇੱਕ ਗੱਲ ਸੁਣ ਲਾ, ਤੇਰੀ ਆਉਣ ਵਾਲੇ ਸਮੇਂ 'ਚ ਜਦੋਂ ਕਿਤੇ ਅਸਕਰ ਬੰਦੇ ਰੇਕ ਨੇ, ਮਰਨਾ ਜਾਉਣਾ ਮਰਨ ਰੱਬ ਦੇ ਹੱਥ ਹੈ, ਪਰ ਤੇਰੇ ਮੂਸੇ ਪਿੰਡ ਜ਼ਰੂਰ ਤੇਰੀ ਜਗ੍ਹਾ ਬਣੇਗੀ, ਅਤੇ ਲੋਕ ਮੱਥਾ ਟੇਕਣ ਕਰਨ ਦੇ ਤੇਰੀ ਜਗ੍ਹਾ ਦੇ ਉੱਤੇ, ਤੂੰ ਤੈਨੂੰ ਤੇਰੀ ਵੀ ਮਾਨਤਾ ਹੋਵੇ ਕਰੇਗੀ। ਐਡੀ ਆਖੀ ਯਾਰ ਰੱਖੀ, ਤੇਰੇ ਤੋਂ ਬਾਅਦ ਕੋਈ ਬੱਬਰ ਸ਼ੇਰ ਨਹੀਂ ਜੰਮਣਾ, ਇਹਦੂ ਉੱਤੇ ਕਿਸੇ ਗਾਣੇ ਨਹੀਂ ਕੱਢਣੇ, ਇਹ ਤੈਨੂੰ ਹੀ ਥਾਪੜਾ ਗੁਰੂ ਨਾਨਕ ਦਾ ਬਾਬੇ ਦਾ ਮਿਲ ਕੇ ਉੱਤੋਂ ਆਇਆ ਹੈ, ਉਹ ਤੂੰ ਥਾਪੜੇ ਦੇ ਰਾਹੀਂ ਕੰਮ ਕਰੀ ਆਉਣਾ ਹੈ, ਅਤੇ ਬੱਕਰੀਆਂ ਚਾਰਨ ਕਰਤਾ ਲੋਕਾਂ ਨੂੰ, ਤਾਂ ਕੋਈ ਗੱਲ ਨਹੀਂ, ਅਸੀਂ ਤੇਰੇ ਨਾਲ ਹਾਂ, ਪਰਵਾਹ ਨਾ ਕਰੀ। ਮੈਂ ਥੋੜ੍ਹੇ ਕੁ ਦਿਨਾਂ ਨੂੰ ਆਉਣਾ ਤੇਰੇ ਕੋਲ, ਇਹਨਾਂ ਦੀ ਠੋਕ ਟਕਾ ਟਕਾ ਕੇ ਮੰਜੀ, ਯਾਰ ਤੂੰ ਵਧੀਆ ਗਾਣੇ ਗਾਉਣਾ, ਸਾਨੂੰ ਵਧੀਆ ਲੋਕਾਂ ਨੂੰ ਲੱਗਦੇ। ਯਾਰ ਜਾਂ ਤਾਂ ਤੂੰ ਕਿਸਾਨੀ ਅੰਦੋਲਨ 'ਚ ਨਾ ਗਿਆ ਵੀ ਅਸੀਂ ਤੈਨੂੰ ਆਖੀਏ, ਮੈਨੂੰ ਤਾਂ ਪਤਾ, ਮੈਂ ਤਾਂ ਭਾਨਾ ਦੱਸਦਾ ਹੀ ਭਾਨਾ, ਸਿੱਧੂ ਉਹਦੇ ਨਾਲ ਗੱਲ ਹੋਈ, ਮੇਰਾ ਉਹ ਪੂਰਾ ਯਾਰ ਹੈ, ਉਹ ਕਹਿੰਦਾ ਸੀ
ਕਹਿੰਦਾ ਕਿ ਬਾਈ ਸਿੱਧੂ ਮੂਸੇ ਵਾਲੇ ਨੇ ਗੁਪਤ ਜਿਹੜੀ ਅੰਦੋਲਨ ਦੇ ਵਿੱਚ ਸੇਵਾ ਕੀਤੀ ਹੈ, ਉਹਨੇ ਕਿਸੇ ਨੂੰ ਉਹਦੀ ਉਹ ਗੁਪਤ ਸੇਵਾ ਦਾ ਨਹੀਂ ਪਤਾ, ਉਹ ਗੁਪਤ ਕਰਦਾ। ਅਤੇ ਇੱਕ ਤੂੰ ਪਿੰਡ 'ਚ ਡੇਰਾ ਚੰਡੀਗੜ੍ਹ ਤੂੰ ਲਿਆ ਕੇ ਮੂਸੇ ਪਿੰਡ 'ਚ ਬਹਾਤਾ ਹੈ, ਉੱਥੇ ਹਾਜ਼ਰੀ ਲਵਾਉਂਦੇ ਆ, ਨਜ਼ਾਰਾ ਲਿਆ ਤਾ ਜੱਟਾ, ਆਨੰਦ ਲਿਆ ਤਾ, ਬਾਹਲੀ ਖੁਸ਼ੀ ਆਈ, ਬਾਹਲੀ ਗਾਣਾ ਸੁਣ ਕੇ ਬਾਹਲਾ ਆਨੰਦ ਆਇਆ, ਜਿਉਂਦਾ ਵਾਦਾ ਰਹੇ। ਜਿਹੜੇ ਸਹੀ ਮੂਸੇ ਵਾਲੇ ਨੂੰ ਪਿਆਰ ਕਰਦੇ ਆ ਅਤੇ ਜਿਹੜੇ ਬੰਦੇ ਅੱਜ ਭੌਂਕਣ ਦੇ, ਉਹਨਾਂ ਦੀ ਤੁਸੀਂ ਠੁੱਕ ਨਹੀਂ ਬੱਲਿਓ ਮੰਜੀ, ਬੱਕਰੀਆਂ ਚਾਰਨ ਲਾਤਾ, ਬੱਕਰੀਆਂ ਚਾਰਨ।